सोई देवे सोई 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 सोई देवे तू मांगे ठाकुर अपने यूनाइटेड सिख मिशन के सहयोग के अखा का एक मुफ्त कैंप लाया जा रहा है। पिछले कई साल तो इसे स्थान पर यूनाइटेड सिख मिशन यो अखा का कैंप ला के थोड़े इलाके की सेवा करती आ रही है। तो इस कैंप के स्पॉन्सर जो हैं जो सानू उद्धव देते हैं सरदार भगवंत सिंह जी पंधेड़ वो ये सारा जतन कर रहे हैं। कैंप लाया जाता है सो असी धनवादी हाँ सरदार डॉक्टर निर्मल सिंह जी के प्रिंसीपल सरदार जोगिंदर सिंह जी के जिन्हों के भरपूर सहयोग के नाल ये सारे ऑर्गेनाइज किया जाता है। तो असी अज आपके सामने उपस्थित हुए हाँ। जो मांगे ठाकुर अपने सोई सोई देवे सोई सोई देवे सोई सोई देवे सोई सोई देवे नानक दास मुख ते जो नानक दास मुख ते जो बोले यहाँ वहाँ सच होवे यहाँ वहाँ सच होवे यहाँ वहाँ सच होवे सोई सोई देवे
ਦਾ ਵਾਹਿਗੁਰੂ ਕੀ ਫਤਿਹ। ਸਾਡੇ ਪਿੰਡ ਜਲਵਾਣਾ ਵਿਖੇ ਯੂਨਾਈਟਡ ਸਿੱਖ ਮਿਸ਼ਨ ਵੱਲੋਂ ਅੱਜ ਹੋਸਪਿਟਲ ਵਿੱਚ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ, ਜਿਸ ਵਿੱਚ ਮਹਾਂ ਡਾਕਟਰ ਆਏ ਹੋਏ ਹਨ। ਉਸ ਵਿੱਚ ਜਿਹੜੇ ਵੀ ਪ੍ਰੇਸ਼ਨ ਲਈ ਮਰੀਜ਼ ਜਾਣਗੇ ਉਹਨਾਂ ਦੇ ਪ੍ਰੇਸ਼ਨ ਵਧੀਆ ਤਰੀਕੇ ਨਾਲ ਕੀਤੇ ਜਾਣਗੇ। ਅਤੇ ਜਲਵਾਣੇ ਪਿੰਡ ਵਿੱਚ ਕੈਂਪ ਲਾਇਆ ਜਾ ਰਿਹਾ ਅੱਖਾਂ ਦਾ, ਬਹੁਤ ਵਧੀਆ ਅਰੇਂਜਮੈਂਟ ਕੀਤਾ ਹੈਗਾ। ਇਹਦਾ ਲੋਕਾਂ ਨੂੰ ਸਾਡੇ ਏਰੀਏ ਦੇ ਵਿੱਚ ਬਹੁਤ ਫਾਇਦਾ, ਕਿਉਂਕਿ ਜਿਹੜੇ ਗਰੀਬ ਬੰਦੇ ਨੇ ਆਮ ਪਿੰਡਾਂ ਦੇ ਵਿੱਚ, ਉਹ ਵਿਚਾਰੇ 15-20 ਹਜ਼ਾਰ ਰੁਪਇਆ ਲਾ ਕੇ ਅੱਖਾਂ ਦਾ ਇਲਾਜ ਨਹੀਂ ਕਰਵਾ ਸਕਦੇ, ਖਾਸ ਕਰਕੇ ਲੈਂਜ ਵਗੈਰਾ ਨਹੀਂ ਪਵਾ ਸਕਦੇ। ਜਿਹੜੀ ਇਹ USA ਦੀ ਸੰਸਥਾ ਹੈ ਯੂਨਾਈਟਡ ਸਿੱਖ ਮਿਸ਼ਨ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਆਪਣੇ ਦੁੱਖ ਨਿਵਾਰਨ ਹੋਸਪਿਟਲ ਜਲਵਾਣਾ ਦੀ ਮਦਦ ਨਾਲ, ਬਹੁਤ ਵੱਡਾ ਉਪਰਾਲਾ ਹੈ, ਕਿਉਂ ਗਰੀਬ ਬੰਦਿਆਂ ਦਾ ਵਿਚਾਰਿਆਂ ਦਾ ਇਹਨਾਂ ਨੂੰ ਇੰਨਾ ਬਾਹਲਾ ਪਤਾ ਨਹੀਂ ਹੁੰਦਾ, ਸ਼ਹਿਰਾਂ 'ਚ ਵੱਡੇ ਡਾਕਟਰਾਂ ਕੋਲ ਜਾ ਨਹੀਂ ਸਕਦੇ। ਇੱਥੇ ਜਿਹੜਾ ਪਿੰਡ 'ਚ ਕੈਂਪ ਲੱਗਿਆ ਸਾਡੇ ਏਰੀਏ ਨੂੰ ਇਹਦਾ ਬਹੁਤ ਫਾਇਦਾ ਹੈ।